ਸਤਿ ਸ਼੍ਰੀ ਅਕਾਲ ਜੀ। ਪੇਪਰ 1 ਸੈਕਸ਼ਨ ਬੀ ਦੇ ਵਿੱਚ ਅੱਜ ਆਪਣਾ ਅਗਲਾ ਟੌਪਿਕ ਹੈ ਨਿੱਕੀ ਕਹਾਣੀ। ਅਸੀਂ ਨਾਟਕ ਦੇ ਸੰਬੰਧ 'ਚ ਵੀ ਪੜ੍ਹਿਆ, ਅਸੀਂ ਨਾਵਲ ਦੇ ਸੰਬੰਧ 'ਚ ਵੀ ਪੜ੍ਹਿਆ ਜਿੱਥੇ ਅਸੀਂ 8 ਨਾਵਲਕਾਰਾਂ ਦੀ ਗੱਲ ਕੀਤੀ ਸੀ। ਅਗਲਾ ਸਾਡਾ ਟੌਪਿਕ ਆ ਜਾਂਦਾ ਨਿੱਕੀ ਕਹਾਣੀ। ਇੱਥੇ ਇੱਕ ਤਾਂ ਚੀਜ਼ ਪਹਿਲਾਂ ਆਪਣੀ ਕਲੀਅਰ ਕਰਨੀ ਜ਼ਰੂਰੀ ਹੈ ਕਿ ਕਹਾਣੀ ਅਤੇ ਨਿੱਕੀ ਕਹਾਣੀ ਹੈ ਜਿਹੜਾ ਉਹ ਇੱਕੋ ਹੀ ਸ਼ਬਦ ਵਜੋਂ ਇੱਥੇ ਵਰਤਦੇ ਹਾਂ ਆਪਾਂ। ਨਿੱਕੀ ਕਹਾਣੀ ਹੈ ਜਿਹੜੀ, ਇਹ ਵੀ ਸਾਨੂੰ ਦੱਸਦੀ ਹੈ ਕਿ ਪੰਜਾਬੀ ਸਾਹਿਤ ਦੀ ਯਾਤਰਾ ਕੀ ਰਹੀ ਹੈ। ਆਮ ਤੌਰ 'ਤੇ ਜਿਹੜਾ ਹੈਗਾ, ਅਸੀਂ ਨਾਵਲ ਅਤੇ ਨਿੱਕੀ ਕਹਾਣੀ ਇਹਦੇ ਵਿੱਚ ਵੀ ਅਸੀਂ ਕਨਫਿਊਜ਼ ਹੋ ਜਾਂਦੇ ਹਾਂ, ਉਲਝ ਜਾਂਦੇ ਹਾਂ ਕਿ ਨਾਵਲ ਅਤੇ ਨਿੱਕੀ ਕਹਾਣੀ 'ਚ ਫਰਕ ਕੀ ਹੈ। ਅਕਸਰ ਇਹਦੀ ਪਰਿਭਾਸ਼ਾ ਜਿਹੜੀ ਇਹ ਵੀ ਦੇ ਦਿੱਤੀ ਜਾਂਦੀ ਹੈ ਕਿ ਨਿੱਕੀ ਕਹਾਣੀ ਹੈ ਜਿਹੜੀ ਉਹ ਨਾਵਲ ਦੀ ਹੀ ਪ੍ਰੈਸੀ ਹੈ, ਨਾਵਲ ਨੂੰ ਸੰਖੇਪ ਕਰ ਦਿਓ ਨਿੱਕੀ ਕਹਾਣੀ ਬਣ ਜਾਂਦੀ ਹੈ, ਜਾਂ ਨਿੱਕੀ ਕਹਾਣੀ ਨੂੰ ਜੇ ਵਿਸਥਾਰਿਤ ਕਰ ਦਿੱਤਾ ਤਾਂ ਉਹ ਨਾਵਲ ਬਣ ਜਾਂਦਾ, ਜਿਹੜੀ ਕਿ ਬਿਲਕੁਲ ਹੀ ਗਲਤ ਹੈ। ਇਹਨੂੰ ਦੂਸਰੇ ਜੇ ਸ਼ਬਦਾਂ 'ਚ ਕਹਿ ਦਈਏ ਕਿ ਛੋਟੇ ਆਕਾਰ ਦਾ ਨਾਵਲ ਨਿੱਕੀ ਕਹਾਣੀ ਹੈ ਅਤੇ ਵੱਡੇ ਆਕਾਰ ਦੀ ਕਹਾਣੀ ਹੈ ਜਿਹੜੀ ਉਹ ਨਾਵਲ ਹੈ। ਨਹੀਂ, ਇੱਦਾਂ ਨਹੀਂ ਹੈ। ਆਪਾਂ ਇੱਕ ਚੀਜ਼ ਵੇਖਦੇ ਹਾਂ, ਤੁਹਾਡੇ ਸਿਲੇਬਸ ਦੇ ਵਿੱਚ ਸੈਕਿੰਡ ਪੇਪਰ ਦੇ ਵਿੱਚ ਦੋ ਨਾਵਲ ਨੇ ਨਾਨਕ ਸਿੰਘ ਦੇ ਕੀ। ਇੱਕ ਨਾਵਲ ਹੈ ਇੱਕ ਮਿਆਨ ਦੋ ਤਲਵਾਰਾਂ, ਦੂਸਰਾ ਪਵਿੱਤਰ ਪਾਪੀ। ਉਹਨਾਂ ਦਾ ਤਾਂ ਆਪਣੇ ਆਕਾਰ 'ਚ ਹੀ ਕਿੰਨਾ ਵੱਡਾ ਫਰਕ ਹੈ। ਪਵਿੱਤਰ ਪਾਪੀ ਛੋਟਾ ਜਿਹਾ 180 ਪੇਜ ਦੇ ਕਰੀਬ ਹੈ ਅਤੇ ਜਿਹੜਾ ਇੱਕ ਮਿਆਨ ਦੋ ਤਲਵਾਰਾਂ ਉਹ 300 ਪੇਜਾਂ ਦੇ ਕਰੀਬ, ਉਹ ਤੋਂ ਵੀ ਵੱਧ ਬਣਦਾ। ਤਾਂ ਫਿਰ ਇਹਦਾ ਮਤਲਬ ਨਾਵਲ ਨੂੰ ਕਿਵੇਂ ਦਰਸਾਵਾਂਗੇ ਕਿ ਕਿੰਨੇ ਪੰਨਿਆਂ ਦਾ, ਕਿੰਨੇ ਪੰਨਿਆਂ ਦੀ ਕਹਾਣੀ ਨਾਵਲ ਬਣੇਗੀ। ਦੂਸਰੇ ਪਾਸੇ ਸਾਡੇ ਕੋਲ ਜਿਹੜੀ ਨਿੱਕੀ ਕਹਾਣੀ ਹੈ ਉਹ ਅੱਧੇ ਪੇਜ ਦੀ ਵੀ ਬਣ ਜਾਂਦੀ ਹੈ ਅਤੇ ਨਿੱਕੀ ਕਹਾਣੀ ਸਾਡੇ ਕੋਲ 10-10 ਪੰਨਿਆਂ ਦੀ ਵੀ ਹੈ। ਸੋ ਨਾਵਲ ਅਤੇ ਨਿੱਕੀ ਕਹਾਣੀ ਇਹਨੂੰ ਜਦੋਂ ਅਸੀਂ ਵੱਖ ਵੱਖ ਕਰਦੇ ਹਾਂ ਤਾਂ ਇਹਦੇ ਆਧਾਰ ਕੁਛ ਹੋਰ ਨੇ ਜਿਹੜੇ ਕਿ ਬੜੇ ਵਿਸਥਾਰਿਤ ਨੇ ਕਿ ਕਿਹੜੀ ਰਚਨਾ ਨੂੰ ਅਸੀਂ ਕਹਾਣੀ 'ਚ ਰੱਖਾਂਗੇ, ਕਿਹੜੀ ਰਚਨਾ ਨੂੰ ਅਸੀਂ ਨਾਵਲ ਦੇ ਵਿੱਚ ਰੱਖਾਂਗੇ। ਮੈਂ ਛੋਟੀ ਜਿੱਥੇ ਇੱਕ ਗੱਲ ਕਰਨੀ ਚਾਹਾਂਗਾ, ਨਾਵਲ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਕਹਾਣੀ ਉਹ ਆਲਾ ਦੁਆਲਾ ਜਿਹੜਾ ਉਹਦਾ ਵਾਤਾਵਰਨ ਆ ਉਹਨੂੰ ਅਸੀਂ ਵਿਸਥਾਰ ਦੇ ਵਿੱਚ ਲੈ ਕੇ ਜਾਂਦੇ ਹਾਂ, ਕਈ ਸਾਰੀਆਂ ਸਮੱਸਿਆਵਾਂ 'ਤੇ ਗੱਲ ਕਰਦੇ ਹਾਂ। ਅਤੇ ਜਿਹੜਾ ਨਾਵਲ ਦਾ ਨਾਇਕ ਹੈ ਅਕਸਰ ਉਹ ਉਹਨਾਂ ਸਾਰੀਆਂ ਸਮੱਸਿਆਵਾਂ, ਸਾਰੇ ਜੰਜਾਲ ਤੋਂ ਬਾਹਰ ਖੜ੍ਹ ਕੇ ਉਹਨਾਂ ਦੇ ਹੱਲ ਲਈ ਯਤਨਸ਼ੀਲ ਹੁੰਦਾ ਹੈ। ਦੂਜੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਨਿੱਕੀ ਕਹਾਣੀ ਦੀ, ਨਿੱਕੀ ਕਹਾਣੀ ਦੇ ਵਿੱਚ ਆਲਾ ਦੁਆਲਾ ਜਿਹੜਾ ਉਹ ਸਿਰਫ ਸੰਕੇਤਕ ਤੌਰ 'ਤੇ ਆਉਂਦਾ ਅਤੇ ਕਿਸੇ ਇੱਕ ਅੱਧ ਸਮੱਸਿਆ ਦੀ ਗੱਲ ਹੁੰਦੀ ਹੈ, ਅਤੇ ਜਿਹੜਾ ਉਹਦਾ ਨਾਇਕ ਆ ਉਹਨੂੰ ਅਸੀਂ ਨਾਇਕ ਨਾ ਕਹਿ ਕੇ ਮੁੱਖ ਪਾਤਰ ਕਹਿੰਦੇ, ਅਤੇ ਮੁੱਖ ਪਾਤਰ ਉਹਨਾਂ ਸਮੱਸਿਆਵਾਂ ਦੇ ਵਿੱਚ ਹੀ ਫਸਿਆ ਹੁੰਦਾ ਹੈ। ਉਹ ਉਹਨਾਂ ਸਮੱਸਿਆਵਾਂ ਦੇ ਹੱਲ ਲਈ ਨਹੀਂ ਲੱਗਿਆ ਹੁੰਦਾ, ਉਹ ਸਿਰਫ ਨਿੱਜੀ ਤੌਰ 'ਤੇ ਉਹਨਾਂ ਸਮੱਸਿਆਵਾਂ ਨੂੰ ਖਤਮ ਕਰਨ ਜਾਂ ਨਿੱਜੀ ਤੌਰ 'ਤੇ ਉਹਨਾਂ ਸਮੱਸਿਆਵਾਂ 'ਚੋਂ ਨਿਕਲ ਕੇ ਅੱਗੇ ਜਾਣ ਦੇ ਯਤਨ ਵਿੱਚ ਹੁੰਦਾ ਹੈ। ਸੋ ਇਹ ਕੁਛ ਮੁੱਢਲੇ ਤੱਤ ਨੇ ਜਿਹਦੇ ਆਧਾਰ 'ਤੇ ਅਸੀਂ ਇਹਨਾਂ ਨੂੰ ਵੱਖ ਵੱਖ ਕਰਦੇ ਹਾਂ। ਸੋ ਸਾਡੇ ਸਿਲੇਬਸ ਦੇ ਵਿੱਚ ਪ੍ਰਿੰਸੀਪਲ ਸੁਜਾਨ ਸਿੰਘ, ਪ੍ਰੋਫੈਸਰ ਸੋਰੀ ਕੁਲਵੰਤ ਸਿੰਘ ਵਿਰਕ, ਵਰਿਆਮ ਸਿੰਘ ਸੰਧੂ ਅਤੇ ਪ੍ਰੇਮ ਪ੍ਰਕਾਸ਼, ਇਹ ਚਾਰ ਸਾਡੇ ਕਹਾਣੀਕਾਰ ਨੇ ਜਿਹੜੇ ਸਾਡੇ ਸਿਲੇਬਸ ਦੇ ਵਿੱਚ ਨੇ, ਔਰ ਇਹ ਆਪਣੇ ਆਪ 'ਚ ਹੀ ਮਹਾਨ ਸਾਡੇ ਕਹਾਣੀਕਾਰ ਨੇ। ਤੁਸੀਂ ਦੇਖਿਆ ਹੋਏਗਾ ਆਮ ਹੀ ਸਾਡੇ ਲੋਕ ਜਾਂ ਸਾਡੇ ਹੋਰ ਸਾਹਿਤਕਾਰ ਗੱਲ ਕਰਦੇ ਆ ਧਰਤੀ ਹੇਠਲਾ ਬਲਦ ਜਾਂ ਧਰਤੀ ਹੇਠਲਾ ਬਲਦ ਕਹਾਣੀ ਦੀ, ਜਾਂ ਤੂੜੀ ਦੀ ਪੰਡ ਕਹਾਣੀ ਦੀ, ਇਹ ਸਾਡੇ ਇਹਨਾਂ ਕਹਾਣੀਕਾਰਾਂ ਦੀਆਂ ਹੀ ਕਹਾਣੀਆਂ ਨੇ। ਪ੍ਰੇਮ ਪ੍ਰਕਾਸ਼ ਖੰਡ ਵੀ ਤੁਸੀਂ ਸ਼ਾਇਦ ਨਾਮ ਨਾ ਸੁਣਿਆ ਹੋਵੇ, ਪਰ ਸਾਡੀ ਜਿਹੜੀ ਹੁਣ ਤੱਕ ਦੀ ਆਲੋਚਨਾ ਇਹ ਵੀ ਦੱਸਦੀ ਕਿ ਪ੍ਰੇਮ ਪ੍ਰਕਾਸ਼ ਖੰਡਵੀ ਦੀਆਂ ਕੁਝ ਕੁ ਕਹਾਣੀਆਂ ਇੱਦਾਂ ਦੀਆਂ ਨੇ ਜਿਹੜੀਆਂ ਕਿ ਵਿਸ਼ਵ ਪ੍ਰਸਿੱਧ ਕਹਾਣੀਆਂ ਦੇ ਵਿੱਚ ਸ਼ੁਮਾਰ ਹੁੰਦੀਆਂ ਨੇ। ਬੜੀਆਂ ਯਥਾਰਥਕ ਸਥਿਤੀਆਂ ਦੇ ਨੇੜੇ ਜਾ ਕੇ ਕਹਾਣੀਆਂ ਲਿਖੀਆਂ ਹੋਈਆਂ ਪ੍ਰੇਮ ਪ੍ਰਕਾਸ਼ ਖੰਡਵੀ ਨੇ। ਸੋ ਜਿਹੜੀ ਇਹ ਸਾਡਾ ਕਹਾਣੀ ਵਾਲਾ ਟੌਪਿਕ ਹੈ, ਬਹੁਤ ਛੋਟਾ ਜਿਹਾ, ਬਹੁਤ ਸੰਖੇਪ ਹੈ, ਪਰ ਆਪਣੇ ਆਪ ਵਿੱਚ ਬਹੁਤ ਵਿਸਥਾਰਿਤ ਹੈ, ਬਹੁਤ ਦਿਲਚਸਪ ਹੈ, ਜਿਹੜਾ ਕਿ ਸਾਡੀ ਕਹਾਣੀ ਦੀ ਯਾਤਰਾ ਨੂੰ ਵੀ ਦੱਸਦਾ ਅਤੇ ਸਾਡੇ ਸਾਹਿਤ ਦੀ ਯਾਤਰਾ ਨੂੰ ਵੀ ਦੱਸਦਾ। ਸੋ ਬਹੁਤ ਬਹੁਤ ਧੰਨਵਾਦ। ਆਲ ਦੀ ਵੈਰੀ ਬੈਸਟ।